मेरे मुंह चू गुजरे आ जटवाड़ा इधर आ मेरे मुंह चो भी निकल जाता सी वो जटा इधर हो थोड़ा जा मैं जानी ना गल्लां कीतियां भाई बनाउंदे ने यार गल आ जा के देखना कह दे क्या नहीं जाना मैं इत्थे क्या नहीं जाना कोई नहीं ਆਪਾਂ ਆਮ ਹੀ ਬਾਈ ਹੋਣੀ ਜਿਹੜੇ ਜਿੰਨੇ ਵੀ ਬੁੱਤ ਬਣਾਉਂਦੇ ਆ ਤੇ ਉਹਨਾਂ ਦੇ ਵਿੱਚ ਰੂਹ ਪਾਉਂਦੇ ਆ ਰੂਹ ਪੈਂਦੀ ਆ ਦਿਲ ਨਾਲ ਜਦੋਂ ਤੁਸੀਂ ਦਿਲ ਤੋਂ ਕੰਮ ਕਰਦੇ ਆ ਨਾ ਕੋਈ ਵੀ ਕੰਮ ਹੈ ਕਿਸੇ ਵੀ ਤਰ੍ਹਾਂ ਦਾ ਕੰਮ ਆ ਚਾਹੇ ਉਹ ਖੇਤੀ ਆ ਚਾਹੇ ਉਹ ਟਰੈਕਟਰ ਦਾ ਕੰਮ ਆ ਜਾਂ ਕੋਈ ਵੀ ਕੰਮ ਆ ਜਾਣੀ ਤੇ ਉਹ ਰੂਹ ਉਦੋਂ ਪੈਂਦੀ ਆ ਜਦੋਂ ਅਸੀਂ ਦਿਲ ਤੋਂ ਕੋਈ ਕੰਮ ਕਰਦੇ ਹਾਂ ਸੋ ਮੈਂ ਇਕਬਾਲ ਬਾਈ ਦਾ ਵੀਡੀਓ ਵੀ ਦੇਖਿਆ ਸੀ ਬਾਈ ਬਣਾ ਵੀ ਰਿਹਾ ਸੀ ਤੇ ਰੋ ਵੀ ਰਿਹਾ ਸੀ ਹਾਂਜੀ ਹੈ ਨਾ ਸਾਰਿਆਂ ਨੇ ਦੇਖਿਆ ਹੋਣਾ ਜਦੋਂ ਨਾ ਵਿਰਾਗ ਆਉਂਦਾ ਹੈ ਹਾਂ ਜਦੋਂ ਅੰਦਰੀਆਂ ਗੱਲਾਂ ਸੋਚਦੇ ਆ ਬਣਾਉਂਦੀ ਹਾਂਜੀ ਵੀ ਰੱਬ ਨੇ ਆਪਣੀ ਡਿਊਟੀ ਲਾਈ ਹੈ ਉਹਦੀ ਰੂਹ ਮਤਲਬ ਪਾਰੇ ਬੁੱਤ ਬਣਾਉਣੇ ਉਦੋਂ ਜਦੋਂ ਇੰਨਾ ਸੋਹਣਾ ਮੁੰਡਾ ਯਾਰ ਭੰਗ ਦੇ ਭਾਣੇ ਆ ਕਿਹਨਾਂ ਚੱਲਿਆ ਆ ਕਿਹਨਾਂ ਸਾਡੇ ਜੀਰਾ ਸਾਡਾ ਖੋਲਿਆ ਹੈ ਕਿਹਨਾਂ ਹਾਂ ਉਦੋਂ ਫਿਰ ਰੋਣ ਆਉਂਦਾ ਹੀ ਹੈ ਪਰ ਇਕਬਾਲ ਬਾਈ ਇੱਕ ਗੱਲ ਆ ਜੇ ਤੁਹਾਡੀ ਕਿਸੇ ਨਾਲ ਕੋਈ ਕੋਈ ਵੀ ਲਾਗ ਡਾਟ ਹੈ ਕਿਸੇ ਨੂੰ ਜਾਨੋਂ ਮਾਰ ਦੇਣਾ ਕੋਈ ਹੱਲ ਨਹੀਂ ਹੈ ਨਹੀਂ ਹੈਗਾ ਨਹੀਂ ਹੈ ਜੇ ਤੁਹਾਡੇ ਚ ਆਪਣੇ ਚ ਚਲੋ ਗੱਲ ਕਰਦੇ ਆ ਹੋ ਜਾਂਦੀ ਹੈ ਵੀ ਜੇ ਸਾਡੀ ਕਿਸੇ ਨਾਲ ਲੱਗਦੀ ਹੈ ਤਾਂ ਉਹਦੀ ਲੱਤ ਬਾਹ ਤੋੜ ਕਿਸੇ ਨੂੰ ਜਾਨ ਤੋਂ ਮਾਰ ਦੇਣਾ ਕੋਈ ਵਧੀਆ ਗੱਲ ਨਹੀਂ ਕੋਈ ਵਧੀਆ ਗੱਲ ਮੁੜ ਕੇ ਨਹੀਂ ਆਉਣਾ ਜਿਹੜਾ ਇਨਸਾਨੀਅਤ ਵਾਲੀ ਹੈ ਨਾ ਤੇ ਬਾਈ ਲਫ਼ਜ਼ ਨਹੀਂ ਹੈ ਕੋਈ ਸੋ ਬਾਈ ਨੇ ਬਣਾਇਆ ਬਾਈ ਦਾ ਬੁੱਤ ਬਣਾਇਆ ਤੇ ਬਾਈ ਸਦਾ ਦਿਲਾਂ ਚ ਸਿੱਧੂ ਸਾਰਿਆਂ ਦੁਨੀਆ ਦੇ ਹੀ ਵੱਸਦਾ ਤੇ ਵੱਸਦਾ ਹੀ ਰਹੂਗਾ ਕਿਉਂਕਿ ਇੱਕ ਇਹ ਇਨਸਾਨ ਸੀ ਕੋਈ ਰੱਬੀ ਰੂਹ ਸੀਗੀ ਜਿਹੜੀ ਸਾਡੇ 'ਚ ਆਈ ਤੇ ਸਦਾ ਦਿਲਾਂ 'ਚ ਵੱਸਦੀ ਰਹੂਗੀ ਆਉਣ ਵਾਲੀਆਂ ਵੀ ਪੁਸਤਾਂ ਯਾਦ ਰੱਖਣਗੀਆਂ ਬਾਈ ਨੂੰ ਹਨਾ ਬਿਲਕੁਲ ਤੇ ਮੈਂ ਬਾਈ ਨੇ ਇਹ ਗੱਲ ਕਹੀ ਆ ਵੀ ਮੂਸੇ ਪਿੰਡ ਹਨਾ ਲਾ ਕੇ ਆਉਣਾ ਬਾਈ ਦਾ ਜਿਹੜਾ ਨਿਸ਼ਾਨਾ ਨਿਸ਼ਾਨੀ ਹੈ ਬਾਈ ਦੀ ਤੇ ਬਾਈ ਨੇ ਜਮਾਂ ਡਿੱਟੋ ਬਣਾਈ ਆ ਤੇ ਅੱਜ ਮੈਂ ਜਾਣਾ ਵੀ ਆ ਮੂਸੇ ਤੇ ਫਾਦਰ ਸਾਹਿਬ ਨਾਲ ਉਹਨਾਂ ਦੀ ਗੱਲ ਵੀ ਕਰਕੇ ਆਉਂਗਾ ਹਨਾ ਤੇ ਆਪਾਂ ਉੱਥੇ ਵਧੀਆ ਇੱਜ਼ਤ ਨਾਲ ਸਨਮਾਨ ਨਾਲ ਲਿਜਾ ਕੇ ਹਨਾ ਆਪਾਂ ਪੂਰੇ ਸਨਮਾਨ ਨਾਲ ਲੈ ਕੇ ਜਾਵਾਂਗੇ ਜਿਵੇਂ ਬਾਈ ਹੁਣ ਪਰ ਮੈਂ ਇੱਕ ਗੱਲ ਹੋਰ ਚਾਹਣਾ ਬਈ ਹਨਾ ਬਈ ਇਹ ਬਣਾਤਾ ਹਨਾ ਵੀ ਜਿਵੇਂ ਤੁਸੀਂ ਫੋਰਡ ਵੀ ਤੁਸੀਂ ਬਣਾਇਆ ਸੀ ਹਾਂਜੀ ਫੋਰਡ ਟੈਕ ਹਨਾ ਫੋਰਡ ਵੀ ਤੁਸੀਂ ਬਣਾਇਆ ਸੀ ਹਨਾ ਤੇ ਆਪਾਂ ਰਲ ਮਿਲ ਕੇ ਸਾਰਾ ਕਰ ਲਾਂਗੇ ਹਾਂਜੀ ਮੈਂ ਚਾਹਣਾ ਵੀ ਨਾਟ ਗਿਆ ਨਾ ਵੀ ਤੁਸੀਂ ਤਿਆਰ ਰੱਬ ਚੜ੍ਹਦੀ ਕਲਾ ਰੱਖੇ ਪਰ ਜਿਹੜਾ ਨਾਟ ਗਿਆਰਾਂ ਤੇ ਕਿਉਂਕਿ ਸਾਨੂੰ ਵੀ ਪਤਾ ਬਈ ਥੋੜਾ ਖਰਚਾ ਨਹੀਂ ਆਉਣਾ ਇੱਥੇ ਹਨਾ ਨਹੀਂ ਚਲੋ ਖਰਚ ਮੇਰੀ ਸੋਚ ਹੋਰ ਸੀਗੀ ਬਾਈ ਜੀ ਹਾਂਜੀ ਮੇਰੇ ਦਿਮਾਗ 'ਚ ਮੈਂ ਸੋਚਿਆ ਸੀ ਮੈਂ ਸੋਚਦਾ ਵੀ ਉਹਦਾ ਆਪਦਾ ਰੀਜਨਲ ਟਰੈਕਟਰ ਇੱਕ ਆਪਾਂ ਕੋਲੇ ਖੜਾ ਦਿਓ ਮਿਊਜ਼ੀਅਮ ਦੇ ਨਹੀਂ ਉਹ ਤਾਂ ਚਲੋ ਉਹਨਾਂ ਦੀਆਂ ਨਿਸ਼ਾਨੀਆਂ ਬਾਈ ਜਿਹੜੀ ਵੀ ਉਹਦੀ ਚੀਜ਼ ਆ ਉਹ ਖੜੀ ਆ ਖੜੀ ਹਾਂ ਉਹ ਉੱਥੇ ਹੀ ਖੜੀ ਰਹੂਗੀ ਤੇ ਪਰ ਜਿੱਥੇ ਆਪਾਂ ਬਾਈ ਦਾ ਹਲਾਉਣਾ ਹਾਂ ਉੱਥੇ ਆਪਾਂ ਇੱਕ ਬਣਾਈਏ ਉੱਥੇ ਇੱਕ ਬਣਾ ਕੇ ਇਦਾਂ ਹੀ ਹਨਾ ਕਿ ਖੜਾ ਰਹੇ ਉੱਥੇ ਉੱਥੇ ਪੱਕੇ ਜਿਹੜੀਆਂ ਜਿਹੜੋ ਜਿਹੜੇ ਉਹਦੇ ਟਰੈਕਟਰ ਆ ਜੇ ਉਹਦੀਆਂ ਗੱਡੀਆਂ ਉਹ ਤਾਂ ਸਦਾ ਉੱਥੇ ਹੀ ਰਹਿਣਗੀਆਂ ਉੱਥੇ ਹੀ ਰਹਿਣਗੀਆਂ ਹਾਂ ਹਨਾ ਤੇ ਘਾਟ ਵੀ ਕਿਸੇ ਚੀਜ਼ ਦੀ ਨਹੀਂ ਛੱਡ ਕੇ ਗਿਆ ਗਾ ਵੀ ਕਿਉਂਕਿ ਪਿੱਛੇ ਪਰਿਵਾਰ ਨੂੰ ਜ਼ਰੂਰਤ ਹੋਵੇ ਵੀ ਜਾਂ ਉਹਨੂੰ ਸਾਰੀਆਂ ਚੀਜ਼ਾਂ ਉਵੇਂ ਹੀ ਰੱਖਣਗੇ ਕੱਲੀ ਕੱਲੀ ਉਹਨਾਂ ਦੇ ਬੱਚੇ ਦੀ ਨਿਸ਼ਾਨੀ ਆ ਦਿਲ ਨਾਲ ਲਾ ਕੇ ਰੱਖਣਗੇ ਸਾਰੀ ਦੁਨੀਆ ਹੀ ਦਿਲ ਨਾਲ ਲਾ ਕੇ ਰੱਖੂ ਪਰ ਜੇ ਤੁਸੀਂ ਇਹ ਤਿਆਰ ਕਰ ਲਓ ਜਿੰਨਾ ਖਰਚਾ ਆਊ ਹਨਾ ਮੈਂ ਜ਼ਿੰਮੇਵਾਰੀ ਚੱਕਦਾ ਬਈ ਆ ਸਾਰੇ ਆਪਾਂ ਲਾਈਵ ਹੋਏ ਹੋਏ ਆ ਸਾਰੇ ਦੇਖ ਰਹੇ ਹੋ ਹਨਾ ਠੀਕ ਹੈ ਚਾਹੇ ਮੈਂ ਆਪਦੇ ਦੋਸਤਾਂ ਮਿੱਤਰਾਂ ਤੋਂ ਚਾਹੇ ਮੈਂ ਆਪ ਕਰਾਂ ਵੀ ਤੁਸੀਂ ਇੱਕ ਨਾਟ ਗੈਰਾਂ ਦੀ ਜ਼ਰੂਰ ਬਈ ਤੁਹਾਡੀ ਗੱਲ ਸਿਰ ਮੱਥੇ ਆ ਜੀ ਬਿਲਕੁਲ ਜ਼ਰੂਰ ਕਰਾਂਗੇ ਹਨਾ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਈ ਜੀ ਹਾਂਜੀ ਆਪਾਂ ਨੂੰ ਰੱਬ ਨੇ ਕਲਾ ਦਿੱਤੀ ਆਪਾਂ ਸਹੀ ਪਾਸੇ ਲਾਵਾਂਗੇ ਇਹਨੂੰ ਤੇ ਬਾਈ ਜੀ ਮੈਂ ਵੀ ਬਹੁਤ ਧੰਨਵਾਦ ਕਰਦਾ ਬਾਈ ਮਿੰਟੂ ਦਾ ਜੀ ਬਾਈ ਸੀ ਏ ਲੋਹਾਰ ਦਾ ਜਿਨ੍ਹਾਂ ਨੇ ਦਰਸ਼ਨ ਦਿੱਤੇ ਸਰਪੰਚ ਸਾਹਿਬ ਵੀ ਆਏ ਆਪਣੇ ਮਾਣ ਕੇ ਪਿੰਡ ਦੇ ਜੀ 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 ਹਾਂਜੀ ਆਜੋ ਸਰਪੰਚ ਸਾਹਿਬ ਹਾਂਜੀ ਤੇ ਬਾਈ ਮੈਂ ਪਹਿਲੇ ਦਿਨ ਜਿੱਦਣ ਸਟੈਚੂ ਦਾ ਚਿਹਰਾ ਬਣਾਇਆ ਸੀਗਾ ਜੀ ਤੇ ਮੈਂ ਉਸ ਦਿਨ ਹੀ ਸੋਚ ਲਿਆ ਸੀ ਵੀ ਜਿਹੜਾ ਮੇਰੇ ਕੋਲ ਬਹੁਤ ਆ ਕਹਿੰਦੇ ਸਾਨੂੰ ਦਿਖਾ ਦਿਓ ਦਿਖਾ ਦਿਓ ਮੈਂ ਇੱਕ ਵੀ ਫੋਟੋ ਨੈੱਟ 'ਤੇ ਲੀਕ ਨਹੀਂ ਕੀਤੀ ਇਕੱਲੇ ਚਿਹਰੇ ਤੋਂ ਬੈਠ ਸਕਦੇ ਹਾਂ ਔਰ ਇਹਦੇ ਵਿੱਚ ਇੱਕ ਮੈਡੀਟੇਸ਼ਨ ਵੀ ਕਹਿ ਸਕਦੇ ਹਾਂ ਦੇਖੋ ਆਪਾਂ ਕੋਈ ਬੰਦਾ ਬਿਮਾਰ ਹੈ ਡਾਕਟਰ ਨੂੰ ਇੱਕ ਗੱਲ ਕਹਿੰਦਾ ਖੁਸ਼ ਰਿਹਾ ਕਰ ਯਾਰ ਸਾਰਾ ਕੁਛ ਹੀ ਵਿੱਚ ਆ ਜੂ ਤੇਰਾ ਸ਼ੂਗਰ ਵੀ ਘੱਟ ਜੂ ਤੇਰੀ ਆਹ ਬਿਮਾਰੀ ਵੀ ਸੈੱਟ ਨਹੀਂ ਗੱਲ ਸਹੀ ਹੈ ਉਹਨੇ ਕਹਿਣਾ ਤੇਰਾ ਆਹ ਵੀ ਹੋ ਜੂ ਆ ਤੂੰ ਖੁਸ਼ ਰਿਹਾ ਕਰ ਤੇ ਖੁਸ਼ ਰੱਖਦੇ ਬਾਈ ਸਾਹਿਬ ਇਹ ਸਾਡੇ ਬਾਈ ਸਦਾ ਸਾਨੂੰ ਆਏ ਖੁਸ਼ ਰੱਖਣ ਮਹਾਰਾਜ ਪਰਮਾਤਮਾ ਇਹਨਾਂ ਦੀ ਉਮਰ ਲੰਬੀ ਕਰੇ ਮੈਂ ਖੁਦ ਇਹਨਾਂ ਦਾ ਫੈਨ ਹਾਂ ਜੀ ਇਹਨਾਂ ਦੀ ਕਲਾ ਦਾ ਫੈਨ ਹੈ ਅਸੀਂ ਤੁਹਾਡੇ ਫੈਨ ਹੈ ਜੀ ਜਿਹੜਾ ਤੁਸੀਂ ਹਨਾ ਮੈਂ ਕਿਉਂਕਿ ਮੈਂ ਜਦੋਂ ਨਾ
ਸਟੈਚੂ ਬਣਾਉਂਦਾ ਸੀ ਮੈਂ ਸਟੈਚੂ ਨੂੰ ਚੱਕ ਕੇ ਸਾਨੂੰ ਆਸੇ ਪਾਸੇ ਕਰਨਾ ਪੈਂਦਾ ਸੀ ਮੇਰੇ ਮੂੰਹ ਚੋਂ ਗੁਜਰੇ ਆ ਜੇ ਟੋੜਾ ਇੱਧਰ ਆ ਮੇਰੇ ਮੂੰਹ ਚੋਂ ਵੀ ਨਿਕਲ ਜਾਂਦਾ ਸੀ ਉਹ ਜੱਟਾ ਇੱਧਰ ਹੋਏ ਥੋੜਾ ਜਿਹਾ ਮੈਂ ਜਾਣੀ ਇਹਦੇ ਨਾਲ ਗੱਲਾਂ ਕੀਤੀਆਂ ਬਾਈ ਬਣਾਉਂਦੇ ਨੇ ਯਾਰ ਗੱਲ ਮੁਕਾ ਯਾਰ ਹੋਰ ਦੱਸੋ ਗੱਲਾਂ ਕੀਤੀਆਂ ਮੈਂ ਬਣਾਉਂਦੇ ਨੇ ਦਿਲੋਂ ਗੱਲਾਂ ਕੀਤੀਆਂ ਦਿਲੋਂ ਚਲੋ ਬਾਈ ਜੀ ਹੋਰ ਕਸਕਲ ਜੀ ਬਸ ਇਹੀ ਹੈ ਵੀ ਰੱਬ ਭਾਈ ਹੁਣ ਇੱਕ ਵਾਰੀ ਮੜਾ ਆ ਉਹ ਪੁਰਾਣਾ ਗੱਲ ਕਹਿੰਦੇ ਸੀ ਜੀ ਬੈੜਾ ਆ ਜਾ ਕੇ ਤੇ ਹੁਣ ਆਏ ਕਹਿ ਦੇ ਮੈਂ ਕਿਹਾ ਨਹੀਂ ਜਾਣਾ ਮੈਂ ਇੱਥੇ ਕਿਹਾ ਨਹੀਂ ਜਾਣਾ ਕੋਈ ਨਹੀਂ ਗਰਮੀਆਂ ਵਾਲੇ ਠੀਕ ਹੈ ਓਕੇ ਭਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ